ਵਾਕਈ ਆ ਵੀਵਰ ਅਸਲੀ ਵਾਲ ਮੇਰਾ ਹੀ ਤਰ੍ਹਾਂ ਦਾ ਕੰਮ ਹੈ ਕੋਈ ਨਾ ਕਿ ਲੋਕਾਂ ਦੀ ਤਰ੍ਹਾਂ ਲੋਫਰ ਲਫੰਟਰੀਆਂ ਤਰ੍ਹਾਂ ਫਿਰਾਂ ਤੇ ਵਾਲ ਲੋਕ ਮੇ ਕੁਛ ਛੇੜਨ ਜਾਂ ਕੋ ਜਾਖੇਨ ਮੇਰਾ ਦਿਮਾਗ ਹੀ ਪਾਸੇ ਗਏ ਅਗਰ ਮੈਂ ਹੀ ਤਰ੍ਹਾਂ ਦਾ ਬਣਾ ਤੇ ਅੱਲਾ ਨੇ ਕੁਝ ਲਿਖਾ ਹੋ ਸੀ ਤਾਂ ਮੈਂ ਹੀ ਬਣ ਗਿਆ ਜਾਂ ਮਿਲਨੇ ਮਿਲ ਜਾਣੀ ਮਿਲਣਾ ਨਾ ਮਿਲੇ ਗਾਲ ਖਤਮ ਹਾਂ ਨਹੀਂ ਕਿ ਪੋਤਰੇ ਕਿਹੜੇ ਚੱਕਰਾਂ ਚ ਪਿਆ ਵਦਾ ਹਰ ਕਿਸੇ ਦਾ ਮਾਈਂਡ ਐਗਜ਼ਿਸਟ ਨਹੀਂ ਹੁੰਦਾ ਨਾ ਨਹੀਂ ਨਹੀਂ ਫੈਮਿਲੀ ਇਤਰਾਜ਼ ਨਹੀਂ ਕਰਦੀ ਨਹੀਂ ਫੈਮਿਲੀ ਮੇਰੀ ਇਤਰਾਜ਼ ਨਹੀਂ ਕਰਦੀ ਹਾਲਾ ਡਿਤਾ ਜ਼ਖਮੀ ਤੁਸਾਡੇ ਦੇ ਪਿਓ ਵਸੇਬ ਟੀਵੀ ਅੱਜ ਮੇਰੇ ਨਾਲ ਮਸ਼ਹੂਰ ਸ਼ਖਸੀਅਤ ਹੈ ਹਨੀ ਲੇਕਿਨ ਇਹ ਲੜਕਾ ਲੜਕੀਆਂ ਦੇ ਗੈਟਅਪ ਵਿੱਚ ਕੋ ਰਵਣਾ ਕਿਵੇਂ ਪਸੰਦ ਹੈ ਪਿਆ ਕਿ ਅੱਜ ਦੇ ਮਾਹਸ਼ਰੇ ਦੇ ਵਿੱਚ ਕਿਉਂ ਆਮ ਚੀਜ਼ ਸੰਥ ਹੀ ਗਈਆਂ ਕਿਉਂਕਿ ਇੱਕ ਲੜਕਾ ਹੋ ਕੇ ਲੜਕੀਆਂ ਵਾਲਾ ਗੈਟਅਪ ਔਰ ਜੀ ਅਸਲਾਮ ਅਲੈਕਮ ਵੈਲਕਮ ਸਲਾਮ ਸਭ ਤੋਂ ਪਹਿਲੇ ਅਸਾਂ ਤੁਹਾਡਾ ਸ਼ੁਕਰੀਆ ਅਦਾ ਕਰ ਰਹੇ ਕਿ ਤੁਸੀਂ ਸਾਕੂ ਟਾਈਮ ਦਿੱਤਾ ਥੈਂਕ ਯੂ ਅੱਛਾ ਕਿਵੇਂ ਲੜਕੀਆਂ ਵਾਲਾ ਰੂਪ असल मेरा है मेकअप आर्टिस्ट का वर्क अगर मैं लाजमी नहीं है अगर मैं इस तरह का भी अपना थोड़ा गेटअप ना रखूँ जो मेरे पास जो मेरा वर्क है जो मैंने अगर रोजी रोटी उससे कमानी है तो उससे मैं बिल्कुल भी इस तरह ना नहीं कर सकता लोग मेरे पास कोई नहीं आएगा कोई मुझसे कंफर्टेबल फील होकर वर्क नहीं करवाएगा तो बस आहिस्ता करते करते कब इस तरफ की तरफ माइंड मेरा गया कोई पता नहीं चला तो फिर भी शुक्र अलहमदुल्लह जो भी हूँ ठीक है घर वाले तेरे को थे नहीं कि पोतरे केड़े चक्रवा हर किसी का माइंड एक जैसा नहीं होता ना ਨਹੀਂ ਫੈਮਲੀ ਇਤਰਾਜ਼ ਨਹੀਂ ਕਰੇਂਦੀ ਨਹੀਂ ਫੈਮਲੀ ਮੇਰੀ ਇਤਰਾਜ਼ ਨਹੀਂ ਕਰਦੀ ਸ਼ੁਕਰ ਅਲ੍ਹਾਦੁਲਲਿਹ ਜਿਹੜੇ ਲੋਕ ਤੁਹਾਡੇ ਯਾਰ ਦੋਸਤ ਨੇ ਉਹ ਤਾਂ ਕੁਝ ਨਹੀਂ ਆਦੇ ਨਾ ਅਗਰ ਮੇਰੇ ਦਿਮਾਗ ਹੀ ਪਾਸੇ ਗਏ ਅਗਰ ਮੈਂ ਇਤਰਾ ਦਾ ਬਣਨਾ ਤੇ ਅੱਲਾ ਨੇ ਕੁਝ ਲਿਖਾ ਹੋਸੀ ਤਾਂ ਮੈਂ ਮੈਂ ਬਣ ਗਿਆ ਜਾਂ ਮਿਲਨੇ ਮਿਲੇ ਜਾਂ ਨਹੀਂ ਮਿਲਣਾ ਨਾ ਮਿਲੇ ਗਾਲ ਖਤਮ ਹਾਂ ਗਾਲ ਤਾਂ ਖਤਮ ਹੈ ਅੱਛਾ ਹਣੀ ਮੈਂ ਤੇਰੇ ਕੋਲ ਇੱਕ ਇੱਕ ਗਾਲ ਤੁਹਾਡੇ ਕੋ ਪੁੱਛਾਂ ਕਿ ਸ੍ਰੈਕ ਆਪਣਾ ਹਣੀ ਨਾ ਉਹ ਰਿਅਲੇ ਦੇ ਘਰ ਦੇ ਵਿੱਚ ਵਾਲਿਦਾਂ ਨੇ ਤਾਂ ਕੋਈ ਤੁਹਾਡਾ ਨਾਮ ਰੱਖੋ ਸੀ ਉਹ ਉਹ ਨਾ ਹਣੀ ਰੱਖਾ ਇਹਨਾਂ ਹਾਂ ਉਹ ਨਾ ਨਹੀਂ ਹਣੀ ਰੱਖਾ ਗਾਲ ਅਨੇ ਅੱਛਾ ਲੋਕਾਂ ਦਾ ਕੈਸਾ ਰਵਈਆ ਹੁੰਦਾ ਕਿ ਜਿਸ ਟਾਈਮ ਤੁਸੀਂ ਰੋਡ ਤੋਂ ਗੁਜ਼ਰਦੇ ਹੋ ਲੋਕ ਹੋਰ ਵੀ ਲਕਬ ਦੇ ਦਿੰਦੇ ਹੋ ਤੁਸੀਂ ਖਾਜਾਸਰਾ ਉਹ ਫੀਲਡ ਵਿੱਚ ਵੀ ਤੁਸੀਂ ਜੁਆਇਨ ਕੀਤੇ ਨਾ ਨਾ ਉਸ ਫੀਲਡ ਵਿੱਚ ਮੈਂ ਕਿ ਨਹੀਂ ਨਾ ਮੈਂ ਗਿਆ ਨਾ ਉਹਨਾਂ ਨਾਲ ਮਿਲਣਾ ਤੇ ਨਾ ਮੈਂ ਕਿ ਨਹੀਂ ਨਾ ਗੁਜ਼ਰਦਾ ਡਿੱਠੇ ਤੇ ਬੀਆ ਮੇਰਾ ਹੀ ਤਰ੍ਹਾਂ ਦਾ ਕੰਮ ਹੈ ਕੋਈ ਨਾ ਕਿ ਲੋਕ ਇਥੇ ਲਾਫਰ ਲਫੰਟਰੀ ਤਰ੍ਹਾਂ ਫੇਰਾਦੇ ਵਾਲ ਲੋਕ ਮੈਂ ਕੁਛ ਛੇੜ ਨਹੀਂ ਆ ਕੋ ਜਾਖੇਂ ਤੇ ਮੈਂ ਤਾਂ ਜ਼ਿਆਦਾ ਘਰ ਘਰ ਤੋਂ ਆਪਣੇ ਕੰਮ ਤੇ ਕਾਮਨਾਲ ਮੇਰਾ ਹੈ ਪਿਆ ਜਿਆਦਾ ਦਿਲ ਬਾਕੀ ਬੀਆ ਮੇਰਾ ਇਤਰਾ ਦਾ ਕੋਈ ਕਹਿਨ ਕੇ ਕਈਨੇ ਕੋ ਜਾਖੋਵੇ ਤੇ ਬਾਕੀ ਇਤਰਾ ਦੀ ਮਜਰਤ ਕਈ ਕੋ ਨਹੀਂ ਦਿੱਤੀ ਕੋਈ ਕੋ ਮੇ ਕੋ ਜ ਆਖੇ ਤੇ ਮੇਰਾ ਇਹ ਦਿਲ ਕਰੇ ਨਾ ਬੇਟਾ ਮੈਂ ਤੁਹਾਡੇ ਵਾਲ ਛੇਕ ਕੇ ਦੇਖਾਂ ਨਕਲੀ ਤਾਂ ਨਹੀਂ ਛੇਕ ਕੇ ਦੇਖ ਘਨੋ ਅਸਲੀ ਹੈ ਵਾਕਿਆ ਵੀਵਰ ਅਸਲੀ ਵਾਲ ਅਸਲੀ ਹੈ ਅਸਲੀ ਹੈ ਅੱਛਾ ਇਹ ਜਿਹੜਾ ਤੁਸੀਂ ਗੈਟ ਅਪ ਕੀਤੇ ਵਦਿਓ ਅਕਸਰ ਲੋਕ ਜਿਹੜੇ ਇਤਰਾਜ਼ ਕਰਦੇ ਉਹਨਾਂ ਨੇ ਕੀ ਆਖਣਾ ਚਾਹਦੇ ਹੋ ਇਤਰਾਜ਼ ਜਿਹੜੇ ਲੋਕ ਕਰੈਨੋ ਨਾਂ ਕੋ ਮੈਂ ਤਾਂ ਇਹ ਆਖਣਾ ਚਾਹਾਂ ਕਿ ਪਹਿਲੇ ਆਪਣੇ ਆਪ ਕੋਈ ਤੁਸੀਂ ਦੇਖੋ ਵਾਲ ਕਹੀਂ ਕੋ ਕੋ ਜਾਖੋ ਸ਼ਾਦੀ ਦਾ ਕੋਈ ਪਲਾਨ ਹੈ ਤੁਹਾਡਾ ਨਾ ਕੀ ਵਜ੍ਹਾ ਸ਼ਾਦੀ ਵਾਲੀ ਕੋਈ ਫੀਲਿੰਗ ਕੈ ਨਹੀਂ ਨਾ ਮੇਰਾ ਨਾਂ ਕਹੀਂ ਦੀ ਤਰਫ ਫੀਲਿੰਗ ਹੈ ਨਾ ਮੇਰਾ ਦਿਲ ਕਹੀਂ ਦੀ ਤਰਫ ਮਾਇਲ ਥੀਂਦੇ ਬਹੁਤ ਸਖਤ ਦਿਲ ਹੈ ਮੇਰਾ ਜਿਵੇਂ ਤੁਸੀਂ ਰੂਪ ਆਪਣਾ ਬਣਾਈਵਾ ਦਿਓ ਲੋਗਾਂ ਦੀ ਤਾਂ ਫੀਲਿੰਗ ਥੀਂਦੀ ਉਸੇ ਕਿ ਆਸਾਨੀ ਨਾਲ ਸ਼ਾਦੀ ਕਰ ਗਿਨੋ ਨਹੀਂ ਬਾਕੀ ਇੰਤਰਾਜ਼ ਤਾਂ ਮੇਰਾ ਕੋਈ ਮਾਈਂਡ ਕੈ ਨਹੀਂ ਤੇ ਕੋਈ ਕੁਝ ਆਖ ਸਹੀ ਸਹੀ ਵੈਲਸਨ ਸੀ ਮੇਰੇ ਕੋਲ ਸੌਣ ਸੇ ਬਹੁਤ ਸੌਣ ਸਕਦੇ ਆ ਤੇ ਬੀਆ ਇਹ ਆਈ ਥਿੰਕ ਸਿੰਪਲ ਇੰਟਰਵਿਊ ਹੈ ਨਾ ਜੀ ਜੀ ਸਿੰਪਲ ਬੀਆ ਤੇ ਸਿੰਪਲ ਇੰਟਰਵਿਊ ਨਹੀਂ ਤੂੰ ਤੁਸੀਂ ਮੇਰੇ ਰਾਹ ਦੇ ਪਿੱਛੇ ਕਿਹਨੇ 8 ਨੇ ਤੁਸੀਂ ਚਾ ਕੇ ਠੋਕੇ ਬੈਠੇ ਨਾ ਨਾ ਮੈਂ ਹੀ ਤਰਾਂਦੇ ਹੁਣ ਤਾਂ ਅੱਛਾ ਆਖਰੀ ਪੈਗਾਮ ਕੋਈ ਦੇਵਣਾ ਚਾਹੋ ਭਾਈ ਕਿ ਤੁਸੀਂ ਇਸ ਰੂਪ ਵਿੱਚ ਵਧਿਓ ਕਿ ਲੋਕ ਜਿਹੜੇ ਇਤਰਾਜ਼ ਕਰ ਰਹੇ ਨੇ ਜੀ ਜੀ ਆਹ ਇਹ ਉਹਨਾਂ ਦੇ ਬਾਅਦ ਆ ਬਾਕੀ ਜੋ ਲੋਗ ਇਤਰਾਜ਼ ਕਰਨ ਉਹਨਾਂ ਕੋ ਮਿਆਕ ਨੇ ਜਿਵੇਂ ਉਹਨਾਂ ਦੀ ਮਰਜ਼ੀ ਹਰ ਕਹਿੰਦੇ ਦਿਮਾਗ ਦਾ ਆਪਣਾ ਮਸਲਾ ਹੁੰਦਾ ਤੇ ਬਾਕੀ ਹਰ ਕਹਿੰਦੇ ਦਿਮਾਗ ਦਾ ਵਾਕਈ ਆਪਣਾ ਮਸਲਾ ਹੁੰਦਾ ਤੇ ਬਾਕੀ ਜੋ ਜੋ ਕਰਦੇ ਕਰਨੇ ਕਰ ਰਹੇ ਕਿਉਂਕਿ ਕੋਈ ਕਈ ਕੋ ਖਾਵਣ ਕੋ ਨਹੀਂ ਦਿੰਦਾ ਪਿਆ ਇੱਕ ਗੱਲ ਤੋ ਆਹ ਕੋ ਕਰਾਂ ਤੁਹਾਡੇ ਦਿਮਾਗ ਦਾ ਮਸਲਾ ਢੇਰ ਸਾਰਾ ਹੈ ਹਾਂ ਮੇਰਾ ਦਿਮਾਗ ਦਾ ਮਸਲਾ ਬਹੁਤ ਢੇਰ ਸਾਰੇ ਮੈਂ ਤੋ ਸਾਰੇ ਸੋਚ ਸਮਝ ਕੇ ਗਾਲ ਕਿਤੀ ਕਰਾਂ ਮੇਰੇ ਨਾਲ